ਅਚਾਰ ਨੂੰ ਵੀ ਖਾ ਰਹੀ ਹੈ। ਹਵਾ ਬਦਲ ਗਿਆ, ਸਾਡੀ ਬੋਲੀ ਤੇ ਗੱਲਬਾਤ ਕਰਨ ਦਾ ਤਰੀਕਾ ਵੀ ਬਦਲਦਾ ਜਾ ਰਿਹਾ ਹੈ। ਇਹਨਾਂ ਸਭ ਕਰਕੇ ਸਾਡੀਆਂ ਲੋਕ ਖੇਡਾਂ ਸਾਡੇ ਚੇਤਿਆਂ ਵਿੱਚੋਂ ਵਿਸਰ ਰਹੀਆਂ ਨੇ। ਇਹਨਾਂ ਨੂੰ ਖੇਡਣਾ ਤਾਂ ਕੀ, ਅਸੀਂ ਇਹਨਾਂ ਦੇ ਨਾਂ ਤੱਕ ਵੀ ਨਹੀਂ ਜਾਣਦੇ। ਹਾਜ਼ਰੀਨ, ਸਭਾ ਵਿੱਚ ਬੈਠੇ ਨਵੀਂ ਪੀੜ੍ਹੀ ਦੇ ਮੁੰਡੇ ਕੁੜੀਓ, ਜ਼ਰਾ ਹੱਥ ਖੜਾ ਕਰਕੇ ਤਾਂ ਦੱਸਿਓ, ਤੁਹਾਡੇ ਵਿੱਚੋਂ ਕਿੰਨਿਆਂ ਨੇ ਖਿੱਦੋ ਖੁੰਡੀ ਖੇਡੀ ਹੈ? ਖੇਡਣੀ ਤਾਂ ਦੂਰ ਦੀ ਗੱਲ ਰਹੀ, ਮੇਰੇ ਖਿਆਲ ਵਿੱਚ ਬਹੁਤਿਆਂ ਨੂੰ ਤਾਂ ਖਿੱਦੋ ਖੁੰਡੀ ਦੇ ਅਰਥ ਵੀ ਨਹੀਂ ਪਤਾ ਹੋਣੇ। ਲੋਕ ਖੇਡਾਂ ਨੂੰ ਸਾਡੇ ਵਡੇਰਿਆਂ ਨੇ ਇੰਜ ਵਿਆਹਤਿਆ ਕਿ ਜਿਉਂ ਜਿਉਂ ਬੱਚਾ ਵੱਡਾ ਹੁੰਦਾ ਜਾਵੇ, ਉਹ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸੀਬਤਾਂ ਦੇ ਨਾਲ ਟਕਰਾ ਕਰਨ ਲਈ ਤਿਆਰ ਹੋ ਸਕੇ। ਜਿਵੇਂ ਲੂਣ ਪਿਆਣੀ ਦੁਸ਼ਮਣ ਤੋਂ ਲੁੱਟ ਦਾ ਮਾਲ ਖੋ ਕੇ ਭੱਜਣ ਦੀ ਸਿਖਲਾਈ ਦਿੰਦੀ ਸੀ, ਕੋਟਲਾ ਛਪਾਕੀ ਜਾਗਦੇ ਰਹਿਣ ਦਾ ਸੁਨੇਹਾ ਦਿੰਦੀ ਸੀ, ਜੇ ਸੌ ਗਏ ਲੁੱਟੇ ਤੇ ਕੁੱਟੇ ਜਾਉਂਗੇ ਪੰਡਾ ਪੰਡਾਰੀਆ, ਬੱਚਿਆਂ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਣ ਦਾ ਵਧੀਆ ਸਾਧਨ ਸੀ। ਜਿੱਥੇ ਬਾਂਦਰ ਕਿਲਾ ਮਜ਼ਬੂਤ ਕਿਲਾਬੰਦੀ ਦੀ ਸਮਝ ਪੈਦਾ ਕਰਦਾ ਸੀ, ਉੱਥੇ ਆਪਣੀ ਜਾਨ ਤੇ ਮਾਲ ਦੀ ਰਾਖੀ ਕਰਨ ਦੀ ਸਮਰੱਥਾ ਪੈਦਾ ਕਰਦਾ ਸੀ। ਸਾਂਝੀ ਪੱਕੀ ਦੁਸ਼ਮਣ ਨੂੰ ਸਿੱਧੇ ਮੱਥੇ ਟਕਰਨ ਦੀ ਕਲਾ ਸਿਖਾਉਂਦੀ ਸੀ। ਕਬੱਡੀ ਮਨ ਪਰਚਾਵੇ ਦੇ ਨਾਲ ਨਾਲ ਇਕੱਠੇ ਹੋ ਕੇ ਦੁਸ਼ਮਣ ਨੂੰ ਚਿੱਤ ਕਰਨ ਦਾ ਹੁਨਰ ਸਿਖਾਉਂਦੀ ਸੀ। ਸੋ ਆਓ, ਬੱਚੇ ਦੇ ਸਰਬਪੱਖੀ ਵਿਕਾਸ ਲਈ ਸਾਡੀਆਂ ਗੁਆਚ ਰਹੀਆਂ ਲੋਕ ਖੇਡਾਂ ਨੂੰ ਮੁੜ ਜਿਉਂਦਾ ਕਰੀਏ। ਅੰਨਾ ਝੋਟਾ ਡੰਡਾ ਰੁਕਦਾਈਆਂ ਦੁੱਕੜੇ ਤੇ ਚੋਰ ਸਿਪਾਹੀ, ਥਾਲ ਪੀਲ ਪਲਾਂਗੜ ਪਿੱਠੂ ਤੇ ਕਿਕਲੀ ਪਾਈ, ਨੀਲੀ ਘੋੜੀ ਦਾ ਸਵਾਰ ਪੀਚੋ ਬੱਕਰੀ, ਗੁੱਡੀਆਂ ਪਟੋਲੇ ਅੱਡੀ ਟੱਪਾ ਤੇ ਮੁਗਲੀਆਂ ਫੇਰ ਭਾਲੀਏ, ਆਜੋ 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 ਗੁੱਲੀ ਡੰਡੇ ਦੀ ਇੱਕ ਬਾਜੀ ਲਾ ਲਈਏ। ਧੰਨਵਾਦ।